ਅਸਲਾਮ ਵਾਲੇਕਮ ਦੋਸਤੋ ਅੱਜ ਇੱਕ ਨਾਂ ਮੈਂ ਖਰ ਨਿਕਾ ਜਾ مشورہ ਕਰਾਂ ਦੋਸਤਾਂ ਦੇ ਨਾਲ ਸਲਾਹ ਕੋ ਲਵਾ ਕੀ ਕਰਨਾ ਚਾਹੀਦਾ ਰੋਜ਼ ਨਾ ਇੱਕ ਅਦਾ ਮੈਸੇਜ ਜਾਂ ਇੱਕ ਅਦਾ ਫੋਨ ਆ ਜਾਂਦਾ ਹੈ ਬਾਜੀ ਮੇਰਾ ਬਾਬਾ ਮਾਰੇ ਮੇਰੀ ਅਮਾ ਬਿਮਾਰ ਹੈ ਮੈਂ ਬਿਮਾਰਾਂ ਕੋਈ ਸਾਡੀ ਮਦਦ ਕਰੋ ਜੇ ਹੀ ਮੌਤ ਹੋਵੇ ਤੇ ਕਰਨੀ ਨਹੀਂ ਚਾਹੀਦੀ ਇਹਦੇ ਚਿੱਤੇ ਕੋਈ ਸ਼ੱਕ ਨਹੀਂ ਕੋਈ ਐਸੀ ਵੈਸੀ ਗੱਲ ਨਹੀਂ ਹੈ ਠੀਕ ਹੈ ਅਸੀਂ ਲੋਕ ਇੱਥੇ ਬਾਹਰ ਇਹ ਖਾਸ ਤੌਰ ਤੇ ਜਿਹੜੇ ਬਾਹਰ ਲੋਕ ਉਹਨਾਂ ਨਾਲ ਇਹ ਪ੍ਰੋਬਲਮ ਹੈ ਬੜਾ ਮੈਂ ਦੇਖਿਆ ਇੱਥੇ ਫੋਨ ਆਂਦੇ ਨੇ ਬੜੇ ਇਹ ਨਹੀਂ ਕਿ ਮੈਂ ਕੱਲਾ ਤਕਰੀਬਨ ਸਾਰਿਆਂ ਦੋਸਤਾਂ ਨੂੰ ਤੇ ਉਹ ਪਤਾ ਨਹੀਂ ਫੋਨ ਨੰਬਰ ਕਿੱਥੋਂ ਲੱਭ ਲੈਂਦੇ ਨੇ ਇਹ ਵੀ ਅੱਲਾ ਬਿਹਤਰ ਜਾਣਦਾ ਮੇਰਾ ਤਾਂ ਖੈਰ ਚਲੋ ਨੈਟਚੂ ਫੋਨ ਹੁੰਦਾ ਕੋਈ ਐਡਾ ਮਸਲਾ ਨਹੀਂ ਹੈ ਫੋਨ ਨੰਬਰ ਲੱਭਣੇ ਦਾ ਲੇਕਿਨ ਬਾਕੀ ਦੋਸਤ ਜਿਹੜੇ ਨੇ ਉਹਨਾਂ ਦੇ ਵੀ ਫੋਨ ਨੰਬਰ ਜਿਹੜੇ ਨੇ ਨਾ ਲੱਭੇ ਲੈਂਦੇ ਨੇ ਤੇ ਫੋਨ ਕਰਦੇ ਨੇ ਉਹਨਾਂ ਨੂੰ ਠੀਕ ਹੈ ਉਹਨਾਂ ਜੇ ਤੇ ਕੋਈ ਇੱਕ ਅੱਧਾ ਫੋਨ ਆਵੇ ਨਾ ਤੇ ਬੰਦਾ ਆ ਕੇ ਚਲੋ ਕੋਈ ਨਹੀਂ ਅੱਲਾਹ ਪਾਕ ਖੈਰ ਕਰੇ ਇਹਨੂੰ ਕੋਈ ਓਖਿਆਂ ਸੁਖਿਆਂ ਹੋ ਕੇ ਵੀ ਇਹਦੀ ਮਦਦ ਕਰ ਦੇਓ ਠੀਕ ਹੈ ਅਹ ਜੀ ਭਾਜੀ ਮੇਰੇ ਕੋਲ 2 ਲੱਖ ਦੀ ਲੋੜ ਹੈ 70 ਯਾਨੀ ਕਿ ਕੋਈ 70 ਹਜ਼ਾਰ ਬਕਾਇਆ ਰਹਿ ਗਿਆ ਇੱਕ ਹਲ ਤੇ ਤੁਹਾਡੀ ਬੜੀ ਮਿਹਰਬਾਨੀ ਤੁਹਾਨੂੰ ਕੀ ਫਰਕ ਪੈਂਦਾ ਉਹਨੂੰ ਅਗੂ ਇੰਨਾ ਕ ਬੰਦੇ ਨੂੰ ਗੱਲਾਂ ਕਰਕੇ ਸ਼ਰਮਿੰਦਾ ਕਰਦੇ ਨੇ ਤੁਸੀਂ ਸੋਚ ਨਹੀਂ ਸਕਦੇ ਠੀਕ ਹੈ ਫਿਰ ਜਿਹੜੀ ਵੱਡੀ ਗੱਲ ਹੈ ਕਿ ਪਤਾ ਵੀ ਨਹੀਂ ਹੁੰਦਾ ਆਇਆ ਕਿ ਇਹ ਬੰਦਾ ਜਿਹੜਾ ਹੈ ਵਾਕਈ ਇਹਨੂੰ ਜ਼ਰੂਰਤ ਹੈ ਜਾਂ ਮظلوم ਹੈ ਜਾਂ ਕੋਈ ਐਸੀ ਗੱਲ ਹੈ ਤੇ ਏ ਵੀ ਪ੍ਰੋਬਲਮ ਹੈ ਠੀਕ ਹੈ ਕਿ ਦਾਲ ਆ ਰਿਹਾ ਤੇ ਹੁਣ ਚਲੋ ਇਹ ਵੀ ਹੈ ਰ ਕਿ ਦਾਲ ਆ ਰਿਹਾ ਜੇ ਤੇ ਕੋਈ ਇੱਕ ਫੋਨ ਕੋਈ 6 ਮਹੀਨਿਆਂ ਚਾਜੇ 2 ਮਹੀਨਿਆਂ ਚਾਜੇ ਤੇ ਚਲੋ ਬੰਦਾ ਕੋਈ ਓਖਾ ਸੋਕਾ ਹੋ ਕੇ ਰੁਪਈਆ 5000 ਜਿਹੜਾ ਅਸਬੇ ਤਾਫੀਕ ਜਿੰਨੀ ਕ ਬੰਦੇ ਦੀ ਪਸਲੀ ਛਟ ਖਾਂਦੀ ਹੋਵੇ ਬੰਦਾ ਉਹਨੂੰ ਭੇਜ ਦੇ ਕੋਈ ਮਸਲਾ ਨਹੀਂ ਮੈਂ ਸਮਝਦਾ ਇਹਦੇ ਬਾਰੇ ਲੈਕਨ ਰਜ਼ਾਨਾ ਦੇ ਜੇ ਅਗਰ ਤੁਹਾਨੂੰ 5-10 ਮੈਸੇਜ ਜਾਂ ਫੋਨ ਆਵਣ ਕਿਆ ਹਾਲ ਹੋ ਮੈਂ ਗਿਆ ਜੇ ਤੇ ਕੀ ਬੰਦਾ ਕਰੇਗਾ ਕਿੱਥੋਂ ਐਨੇ ਪੈਸੇ ਲਿਆਵੇ ਇਹ ਜਿਹੜੇ ਬੰਦੇ ਬਾਹਰ ਰਹਿੰਦੇ ਨੇ ਇਹਨਾਂ ਨੂੰ ਪਤਾ ਹੀ ਐ ਇੱਥੇ ਕਿੰਨੇ ਔਖੇ ਨੇ ਪੈਸੇ ਕਮਾਣੇ ਬੜਾ ਹੀ ਆਪਣਾ ਤੁਸੀਂ ਢਿੱਡ ਵੱਢ ਕੇ ਤੇ ਕੰਜੂਸੀਆਂ ਕਰਕੇ ਪੈਸੇ ਜਮ੍ਹਾਂ ਕਰਨੇ ਨੇ ਵਰਨਾ ਇੱਥੇ ਪੈਸੇ ਜਮ੍ਹਾਂ ਨਹੀਂ ਹੁੰਦੇ ਨਹੀਂ ਬਚਾਨ ਹੁੰਦੇ ਠੀਕ ਹੈ ਤੇ ਉਹ ਅੰਜ ਸਮਝਦੇ ਨਹੀਂ ਕਿ ਹੱਥੇ ਜਨਾਬ ਦਰਖਤਾਂ ਨਾਲ ਲੱਗੇ ਨੇ ਤੇ ਲਾ ਕੇ ਅਸਾਂ ਅੱਗੇ ਫੜਾ ਦੇਣੇ ਨੇ ਚਲੋ ਲੱਗੇ ਵੀ ਹੁਣ ਤਾਂ ਵੀ ਮਸਲਾ ਹੈ ਕਿ ਕਿ ਕਿੰਨੇ ਕ ਬੰਦਾ ਲਾ ਕੇ ਫੜਾਏਗਾ ਦਰਖਤਾਂ ਦੇ ਪੱਤੇ ਵੀ ਮੁੱਕ ਜਾਂਦੇ ਨੇ ਹਾਂਜੀ ਜੇ ਬੰਦਾ ਦਰਖਤਾਂ ਨਾਲ ਨੂੰ ਲਾਂਦਾ ਰਹੇ ਤਾਂ ਵੀ ਮਸਲਾ ਬਣ ਜਾਂਦਾ ਤੇ ਮੈਂ ਜਨਾਬ ਬੜਾ ਦਿਨਾਂ ਦਾ ਸੋਚ ਰਿਹਾ ਸੀ ਕਿ ਕੋਈ ਮਸ਼ਵਰਾ ਕਰਾਂ ਦੋਸਤਾਂ ਦੇ ਨਾਲ ਤੇ ਨਹੀਂ ਸੀ ਹਿੰਮਤ ਪੈਂਦੀ ਵੀਡੀਓ ਬਣਾਉਣ ਦੀ ਮੈਂ ਕਿਹਾ ਪਤਾ ਨਹੀਂ ਲੋਕੀ ਕੀ ਸੋਚਣਗੇ ਲੇਕਿਨ ਆਖਰਕਾਰ ਮੈਂ ਨਾ ਅੱਜ ਹਿੰਮਤ ਫਾੜੀ ਲਈ ਹੈ ਤੇ ਦੋਸਤੋ ਪਲੀਜ਼ ਇਹ ਦੱਸਣਾ ਜੇ ਮੈਨੂੰ ਕਿ ਕੀ ਕੀਤਾ ਜਾਏ ਕੀ ਇਹ ਜਿਹੜਾ ਪੈਸੇ ਜਿਹੜੇ ਬੰਦੇ ਮੰਗਦੇ ਨੇ ਉਹਨਾਂ ਨੂੰ ਬੰਦਾ ਕੀ ਆਖੇ ਕੀ ਕੀ ਕਰੇ ਇਹਨਾਂ ਦਾ ਠੀਕ ਹੈ ਜੀ ਉਹਨਾਂ ਉਹ ਇੰਨਾ ਕਿ ਯਾਨੀ ਕਿ ਤੁਹਾਨੂੰ ਅਮ ਯਕੀਨ ਕਰੋ ਜ਼ਿਹਨੀ ਪਰੇਸ਼ਾਨ ਕਰਨੇ ਦੀ ਕੋਸ਼ਿਸ਼ ਕਰਦੇ ਨੇ ਕਿ ਤੁਹਾਨੂੰ ਕੀ ਫਰਕ ਪੈਣਾ ਤੁਸੀਂ ਬੜੇ ਵੱਡੇ ਆਦਮੀ ਹੋ ਉਹ ਅੱਲਾ ਦੇ ਉਹ ਬੰਦੇ ਉਹ ਵੱਡੇ ਐਂ ਵੀ ਪੁਕਾ ਮਾਰ ਘੜਿਆ ਵੱਡੇ ਆਦਮੀ ਠੀਕ ਹੈ ਇਹ ਕਿਹੜੀ ਗੱਲ ਹੋਈ ਤੇ ਚਲੋ ਤੁਸੀਂ ਇੰਜ ਹੀ ਕਰ ਲਓ ਜੀ ਵੱਡਾ ਆਦਮੀ ਹੋ ਗਿਆ ਪਰ ਕਿੰਨਾ ਕੁ ਬਰਦਾਸ਼ ਵੱਡਾ ਆਦਮੀ ਕਰ ਸਕਦਾ ਠੀਕ ਹੈ ਹਾਂ ਇੱਕ ਦੋ ਠੁੱਡਾ ਤੇ ਬੰਦਾ ਆਂਦਾ ਚਲੋ ਖਾ ਲਓ ਕੋਈ ਨਹੀਂ ਹੈ ਰਹੀ ਤੇ ਜੇ ਠੁੱਡੇ ਤੇ ਠੁੱਡਾ ਹੋਵੇ ਉਹ ਤੇ ਨਹੀਂ ਖਾਣ ਹੁੰਦਾ ਤੇ ਪਲੀਜ਼ ਦੋਸਤੋ ਜਿਹੜੇ ਮੈਸੇਜ ਕਰਕੇ ਪੈਸੇ ਮੰਗਦੇ ਹੋ ਨਾ ਤੁਹਾਡੀ ਬੜੀ ਮਿਹਰਬਾਨੀ ਨਾ ਕਰਿਆ ਕਰੋ ਇੱਥੇ ਜਿਹੜੇ ਬਾਹਰ ਨੇ ਬੜੇ ਓਕੇ ਨੇ ਵਿਚਾਰੇ ਆ ਗਏ ਠੀਕ ਹੈ ਮੇਰੇ ਸਮੇਤ ਤੇ ਨਾ ਛੇੜਿਆ ਕਰੋ ਤੁਹਾਡੀ ਬੜੀ ਮਿਹਰਬਾਨੀ ਤੇ ਕੋਈ ਆਪਣੇ ਕੰਮ ਕਾਜ ਦਾ ਬੰਦਕ ਬਸ ਕਰੋ ਤੇ ਉਹ ਕੰਮ ਕਰਿਆ ਕਰੋ ਅਸੀਂ ਵੀ ਇੱਥੇ ਕੰਮ ਕਰਕੇ ਪੈਸੇ ਕਮਾਉਂਦੇ ਆ ਮੁੱਹਤਸਾਂ ਨੂੰ ਕੋਈ ਨਹੀਂ ਕੋਈ ਦਿੰਦਾ ਬੈਠਿਆ ਬੜਾ ਔਖਾ ਕੰਮ ਹੁੰਦਾ ਹੈ ਤੇ ਜੇ ਕਿਸੇ ਮੇਰੇ ਦੋਸਤ ਭਰਾ ਨੂੰ ਕੋਈ ਗੱਲ ਮਾੜੀ ਲੱਗੀ ਹੋਵੇ ਤਾਂ ਸੌਰੀ ਜੀ ਤੇ ਇਲਤਜਾ ਹੈ ਇਹ ਕਿ ਜੇ ਕਿਸੇ ਦੀ ਮਦਦ ਹੋ ਸਕੇ ਕਰਨੀ ਚਾਹੀਦੀ ਹੈ ਇਹਦੇ ਚਤੇ ਕੋਈ ਸ਼ੱਕ ਸ਼ੁਬਾ ਵਾਲੀ ਗੱਲ ਨਹੀਂ ਲੇਕਿਨ ਕਿੰਨੀ ਕੁ ਬੰਦਾ ਕਰ ਸਕਦਾ ਇਹਦੇ ਚ ਵੀ ਕੋਈ ਸ਼ੱਕ ਸ਼ੁਬਾ ਵਾਲੀ ਗੱਲ ਨਹੀਂ ਹੈ ਠੀਕ ਹੈ ਇੱਥੇ ਯੂਰਪਾਂ ਦੇ ਵਿੱਚ ਜਾਂ ਜਿਹੜੇ ਵੀ ਬਾਹਰ ਦੇ ਆ ਮੁਲਕਾਂ ਚ ਨੇ ਚੰਦੇ ਕਿਨੇ ਜਿਹੜੇ ਮਿਲੀਅਨੈਰ ਨੇ ਬਾਕੀ ਸਾਰੇ ਵਿਚਾਰੇ ਮੇਰੇ ਆਰ ਮਜ਼ਦੂਰ ਤਪ ਤਪਕਾਈਏ ਠੀਕ ਹੈ ਕੋਈ ਨਹੀਂ ਐਡੇ ਵੱਡਾ ਉਹਨਾਂ ਦਾ ਕੰਮ